ਫਿਰੋਜ਼ਪੁਰ ਤੋਂ ਅਕਾਲੀ ਭਾਜਪਾ ਸੰਸਦ ਅਤੇ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਬਦਨਾਮ ਹੋਏ ਸ਼ੇਰ ਸਿੰਘ ਘੁਬਾਇਆ ਨੇ ਅੱਜ ਕਾਂਗਰਸ ਦਾ ਹੱਥ ਫੜ ਲਿਆ। ਕਾਂਗਰਸ ਜੁਆਇਨ ਕਰਨ ਤੋਂ ਬਾਅਦ ਉਹਨਾਂ ਨੇ ਕਿਸ ਗੱਲ ਨੂੰ ਤਰਜੀਹ ਦਿੱਤੀ ਹੈ, ਆਓ ਸੁਣਦੇ ਹਾਂ। ਪ੍ਰੋਗਰਾਮ ਪਹਿਲਾਂ ਤੋਂ ਜਾਖੜ ਸਾਹਿਬ ਦੀ ਮਿਹਰਬਾਨੀ ਨਾਲ, ਮੈਡਮ ਆਸ਼ਾ ਕੁਮਾਰੀ ਜੀ, ਕਈ ਦੇਰ ਤੋਂ ਚੱਲ ਰਿਹਾ ਸੀ ਕਿ ਕਾਂਗਰਸ ਪਾਰਟੀ ਜੁਆਇਨ ਕਰਵਾਉਣੀ, ਜਦੋਂ ਦਾ ਅਕਾਲੀ ਦਲ ਨਾਲ ਸਾਰਿਆਂ ਨੇ ਦੇਖਿਆ ਹੀ ਕਿ ਡਿਸਪਿਊਟ ਚੱਲ ਰਿਹਾ ਸੀ। ਅੱਜ ਮਿਲੇ ਹਾਂ, ਅੱਜ ਉਹਨਾਂ ਵੱਲੋਂ ਯੈਸ ਹੋਈ ਹੈ ਅਤੇ ਮੈਂ ਅੱਜ ਤੋਂ ਹੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੋਂ ਕੱਲ੍ਹ ਹੀ ਛੱਡਤਾ ਸੀ, ਅੱਜ ਅਕਾਲੀ ਦਲ ਦੀ ਬਜਾਏ ਕਾਂਗਰਸ 'ਚ ਆ ਗਿਆ। ਇਸ ਤੋਂ ਬਾਅਦ ਜੋ ਵੀ ਕੰਮ ਹੈ ਉਹ ਕਾਂਗਰਸ ਪਾਰਟੀ ਦੇ ਨਾਲ ਰਲ ਕੇ ਕਰ। ਇਹ ਤਾਂ ਇਹਨਾਂ ਜਾਖੜ ਸਾਹਿਬ ਦੀ ਮਿਹਰਬਾਨੀ ਅਤੇ ਮੈਡਮ ਜੀ ਦੀ ਮਿਹਰਬਾਨੀ ਹੈ ਜਿਨ੍ਹਾਂ ਨੇ ਮੈਨੂੰ ਔਫਰ ਦਿੱਤੀ ਸੀ, ਅਤੇ ਜਦੋਂ ਅਨਾਊਂਸ ਹੋ ਜਾਏਗੀ ਉਸ ਤੋਂ ਬਾਅਦ ਫਿਰ ਸ਼ੁਰੂਆਤ ਹੋਏਗੀ। ਜੋ ਸਿਸਟਮ ਹੁੰਦਾ ਉਹਦੇ ਵਿੱਚ ਜਾ ਕੇ ਅਨਾਊਂਸ ਹੋਏਗਾ ਤਾਂ ਮੈਂ ਇਲੈਕਸ਼ਨ 'ਤੇ ਲੜੂੰ। ਸਰ, ਅਕਾਲੀ ਦਲ 'ਚ ਤੁਸੀਂ ਲੰਬੇ ਵੇਲੇ ਤੱਕ ਰਹੇ ਹੋ, ਤੁਸੀਂ MP ਵੀ ਰਹੇ ਹੋ, ਅਤੇ ਹੁਣ ਅਕਾਲੀ ਦਲ ਦੇ ਖਿਲਾਫ਼ ਮੋਰਚਾ ਖੋਲ੍ਹੋਗੇ, ਅਕਾਲੀ ਦਲ ਦੇ ਜਿਹੜੇ ਭੇਤ ਨੇ ਉਹ ਖੋਲ੍ਹੋਗੇ? ਦੇਖੋ, ਜਿਹੜੀਆਂ ਗੱਲਾਂ ਉਸ ਤਰ੍ਹਾਂ ਦਾ ਜਿਵੇਂ ਉਹ ਬੋਲਦੇ ਉਸ ਤਰ੍ਹਾਂ ਤਾਂ ਮੈਂ, ਕਿਉਂਕਿ ਮੈਂ ਵੀ ਨਹੀਂ ਬੋਲ ਸਕਾਂਗਾ, ਪਰ ਮੈਂ ਜਿਹੜੇ ਜੋ ਕੁਝ ਗਲਤ ਹੈ ਜਿਹੜੀਆਂ ਨੀਤੀਆਂ ਦੇ ਮੁਤਾਬਕ ਸਹੀ ਤਰੀਕੇ ਨਾਲ, ਮਤਲਬ ਇੱਕ ਪੋਲੀਟੀਸ਼ੀਅਨ ਦੇ ਤੌਰ 'ਤੇ ਮੈਂ ਕੰਮ ਕਰਾਂਗਾ, ਕਿਉਂਕਿ ਉਹਨਾਂ ਨੇ ਜੋ ਕੀਤਾ ਉਹਨਾਂ ਨੂੰ ਸਜ਼ਾ ਪਰਮਾਤਮਾ ਨੇ ਦੇ ਦਿੱਤੀ, ਪਰ ਜੋ ਪਰਮਾਤਮਾ ਬਲਵਾਨ ਹੈ ਉਹ ਸਾਰਿਆਂ ਨੂੰ ਸਹੀ ਥਾਂ 'ਤੇ ਰੱਖਦਾ। ਉਹਨਾਂ ਦੀ ਜਗ੍ਹਾ ਜਿਹੜੀ ਇਹੀ ਹੈ, ਆ ਬਾਕੀ ਆ ਪਾਰਲੀਮੈਂਟ ਦੇ ਇਲੈਕਸ਼ਨ 'ਚ ਪਤਾ ਲੱਗ ਜੂਗਾ ਕੀ ਹੈ। ਅਕਾਲੀ ਦਲ ਛੱਡਣ ਦੀ ਵਜ੍ਹਾ ਕੀ? ਵਜ੍ਹਾ ਤਾਂ ਦੇਖੋ, ਮੈਨੂੰ ਨਹੀਂ ਸਮਝ ਆਈ ਆਪਣੇ ਆਪ ਨੂੰ ਕਿ ਕਿਉਂ ਮੈਨੂੰ ਉਹਨਾਂ ਨੇ ਇੱਥੋਂ ਤੱਕ ਇੰਨਾ ਜਲੀਲ ਕੀਤਾ, ਅਤੇ ਮੈਨੂੰ ਆਖਿਰਕਾਰ, ਕਿਉਂਕਿ ਮੈਂ 2 ਸਾਲ ਹੁਣ ਤੱਕ ਵੇਟ ਵੀ ਕਰਦਾ ਰਿਹਾ ਕਿ ਕੋਈ ਇੱਕ ਆਦਮੀ ਆ ਕੇ ਕਿਤੇ ਇਹਨਾਂ ਨੂੰ ਮਤਲਬ ਸਾਡਾ ਪੈਚਅਪ ਕਰਾ ਦੇ, ਪਰ ਉਹਨਾਂ ਨੇ ਪੈਚਅਪ ਤਾਂ ਕਰਾ ਦੇ ਉਹਨਾਂ ਨੂੰ, ਮੈਨੂੰ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਦਿਮਾਗ ਸੀਗੇ ਇਹਨੂੰ ਪਾਰਟੀ ਤੋਂ ਬਾਹਰ ਕੱਢਣਾ ਹੀ ਕੱਢਣਾ, ਔਰ ਉਹ ਕਾਮਯਾਬ ਹੋ ਗਿਆ। ਇਸ ਤੋਂ ਪਹਿਲਾਂ ਸਰਦਾਰ ਜੋਰਾ ਸਿੰਘ ਉਹ 12 ਸਾਲ ਜਿਹੜੇ ਲੱਗੇ ਰਹੇ ਮਤਲਬ ਇਸ ਤਰ੍ਹਾਂ ਦੇ ਕਰਨ 'ਤੇ, ਉਹ ਕਾਮਯਾਬ ਨਹੀਂ ਹੋ ਸਕੇ, ਪਰ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਉਹ ਕਾਮਯਾਬ ਹੋ ਗਏ। ਮੈਨੂੰ ਉਹਨਾਂ ਨੇ ਕੱਲ੍ਹ ਆਪਣੇ ਤੌਰ 'ਤੇ ਉਹਨਾਂ ਬਿਆਨ ਦਿੱਤਾ, ਅਸੀਂ ਤਾਂ ਪਹਿਲਾਂ ਹੀ ਕੱਢਿਆ ਹੋਇਆ, ਅਤੇ ਮੈਂ ਕੱਲ੍ਹ ਰਿਜ਼ਾਈਨ ਕਰਤਾ। ਤੁਹਾਡੇ ਨਾਲ ਹੋਰ ਵੀ ਕੋਈ ਕਾਰਜਕਰਤਾ ਸ਼ਾਮਿਲ ਹੋ ਰਹੇ ਨੇ ਕਾਂਗਰਸ? ਉਹ ਤਾਂ ਹੁਣ ਹਨੇਰੀ ਆ ਜਾਏਗੀ, ਫਿਰੋਜ਼ਪੁਰ ਤੋਂ ਛੱਡ ਕੇ ਪੰਜਾਬ ਵਿੱਚ ਜਿੱਥੇ ਜਿੱਥੇ ਮੇਰੇ ਲਿੰਕ ਹੈਗੇ ਉਹ ਸਾਰੇ ਹੀ ਇੱਧਰ ਆ ਜਾਣਗੇ ਜੀ।